ਦਾ ਦੋ, ਫੂਕ ਮਾਰ ਦੋ, ਫੂਕ ਤਾਂ ਮਾਰੋ, ਹੁਣ ਵੀ ਬਦਤਮੀਜ਼ੀ ਕਰ ਰਹੇ। ਹਾਂਜੀ ਸਰ, ਜੇ ਬੁਲਟ ਦੇ ਚਲਾਨ ਕੱਟੇ, ਕਿੰਨੇ ਚਲਾਨ ਕੱਟੇ ਗਏ ਆ ਤੇ ਕਿਸ ਚੀਜ਼ ਦੇ ਚਲਾਨ ਕੱਟੇ ਗਏ? ਹਾਂਜੀ, ਅਸੀਂ ਨੀਲਾ ਭਵਨ ਨਾਕਾ ਲਾਇਆ ਸੀ ਅਤੇ ਵੱਖ ਵੱਖ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ, ਜਿਹਦੇ ਵਿੱਚ ਬੁਲਟਾਂ ਨੂੰ ਵੱਧ ਤੋਂ ਵੱਧ ਹੀ ਬੁਲਟ ਮੋਟਰਸਾਈਕਲ ਰੋਕ ਕੇ ਜਿਹੜੇ ਕਿ ਪਟਾਕੇ ਮਾਰਦੇ ਸੀ ਜਾਂ ਪਿੱਛੋਂ ਟ੍ਰਿਪ ਰਾਈਡਿੰਗ ਬੁਲਟਬਾਜ਼ੀ ਕਰਦੇ ਆ ਰਹੇ ਸੀ, ਅਤੇ ਉਹਨਾਂ ਦੇ ਅਸੀਂ ਕਰੀਬ 15 ਤੋਂ 20 ਚਲਾਨ ਕੱਟੇ। ਅਤੇ ਸਰ, ਇੱਕ ਨੀਲਾ ਭਵਨ ਇੱਕ ਬੰਦੇ ਨੇ ਸ਼ਰਾਬ ਪੀਤੀ ਹੋਈ ਸੀ ਜੋ ਗੱਡੀ ਚਲਾ ਰਿਹਾ ਸੀ, ਉਹ ਕੁਛ ਐਕਸੀਡੈਂਟ ਵੀ ਕੀਤਾ ਸੀ ਕਿਸੇ ਵਿਅਕਤੀ ਨਾਲ, ਉਹ ਮਾਮਲਾ ਕੀ ਸੀ? ਚੈਕਿੰਗ ਦੌਰਾਨ ਪਿੱਛੋਂ ਇੱਕ ਬਰੀਜ਼ਾ ਗੱਡੀ ਆ ਰਹੀ ਸੀ, ਆਪਣਾ ਸਾਨੂੰ ਕਿਸੇ ਆਪਣਾ ਪਬਲਿਕ ਮੈਨ ਨੇ ਦੱਸਿਆ ਆਪਣਾ ਵੀ ਇੱਕ ਬਰੀਜ਼ਾ ਗੱਡੀ ਪਿੱਛੇ ਆਪਣਾ ਗੱਡੀਆਂ ਨੂੰ ਟੱਚ ਕਰਦੀ ਆ ਰਹੀ ਆ। ਜਦੋਂ ਅਸੀਂ ਮੌਕੇ 'ਤੇ ਅਸੀਂ ਉਹਨੂੰ ਰੋਕਿਆ ਆਪਣਾ, ਅਤੇ ਚਾਲਕ ਨੂੰ ਨਿਸ਼ਚਿੰਤ ਆਇਆ ਅਤੇ ਉਹ ਸ਼ਰਾਬੀ ਹਾਲਤ ਦੇ ਵਿੱਚ ਸੀ, ਅਤੇ ਐਲਕੋਮੀਟਰ ਆਈ ਉਹਦੀ ਅਲਕੋਹਲ ਚੈੱਕ ਕੀਤੀ ਗਈ ਅਤੇ ਉਹਦਾ ਜਿਹੜਾ ਬਣਦਾ ਚਲਾਨ ਸ਼ਰਾਬ ਦਾ ਅਤੇ ਆਪਣਾ ਡੇਂਜਰ ਡਰਾਈਵਿੰਗ ਦਾ ਚਲਾਨ ਕੀਤਾ ਗਿਆ। ਸਰ, ਕਿੰਨੀ ਸ਼ਰਾਬ ਪੀਤੀ ਹੋਈ ਸੀ ਮੀਟਰ ਤੁਸੀਂ ਚੈੱਕ? ਉਹਦਾ ਆਪਣਾ 200 ਪਲੱਸ ਸ਼ਰਾਬ ਸੀ ਆਪਣਾ, ਵੀ ਜਿਹੜੀ ਪਰਸੈਂਟੇਜ ਸਾਡੀ ਦੱਸਦੀ ਆ ਆਪਣਾ ਮਸ਼ੀਨ 200 ਪਲੱਸ ਪਰਸੈਂਟੇਜ ਸੀ। ਬੰਦਾ ਸਹੀ ਹੈ ਭਾਜੀ, ਸੇਫ ਹੈ ਬੰਦਾ? ਹਾਂ, ਬੰਦੇ ਨੂੰ ਅਸੀਂ ਬੰਦਾ ਗੱਡੀ ਚਲਾਉਣ ਦੇ ਹਾਲਤ ਵਿੱਚ ਨਹੀਂ ਸੀ, ਜਿਸ ਨੂੰ ਅਸੀਂ ਮੌਕੇ 'ਤੇ ਆਪਣਾ ਨਾਲ ਅਸੀਂ ਮੁਲਾਜ਼ਮ ਇੱਕ ਹੋਰ ਬਿਠਾ ਕੇ ਮੌਕੇ 'ਤੇ ਅਸੀਂ ਉਹਨੂੰ ਉਹਦੇ ਐਡਰੈਸ ਵਗੈਰਾ ਪੁੱਛ ਕੇ ਆਪਣਾ ਉਹਨੂੰ ਘਰ ਛੱਡ ਕੇ ਮਾਤਾ ਦੇ ਸਪੋਰਟ, ਉਹਦੇ ਮੋਬਾਈਲ, ਗੱਡੀ ਦੀ ਚਾਬੀ ਅਤੇ ਉਹਨਾਂ ਦੇ ਪੇਰੈਂਟਸ ਦੇ ਹਵਾਲੇ। ਕਿੱਦਾਂ ਦਾ ਚਲਾਨ ਕੱਟਿਆ ਗਿਆ ਸਰ ਤੁਹਾਡੇ? ਉਹਦਾ ਆਪਣਾ ਡੇਂਜਰ ਡਰਾਈਵਿੰਗ ਅਤੇ ਆਪਣਾ ਸ਼ਰਾਬ ਦਾ ਚਲਾਨ ਕੱਟਿਆ, ਡਰੰਕ ਐਂਡ ਡਰਾਈਵ ਦਾ ਚਲਾਨ ਕੱਟਿਆ। ਠੀਕ ਹੈ ਸਰ। ਅਕਸਰ ਦੇਖਿਆ ਜਾਂਦਾ ਲੋਕ ਕੀ ਰਾਤ ਵੇਲੇ ਜਾਂ ਦਿਨ ਵੇਲੇ ਕਈ ਬੰਦੇ ਸ਼ਰਾਬ ਦੀ, ਜਿੱਦਾਂ ਹੁਣ ਵੀ ਇੱਕ ਮਾਮਲਾ ਆਇਆ, ਕੀ ਅਪੀਲ ਕਰਨਾ ਚਾਹੁੰਦੇ ਹੋ ਇਹਨਾਂ ਨੂੰ ਹੁਲੜਬਾਜ਼ੀ ਵਾਲਿਆਂ ਨੂੰ? ਅਸੀਂ ਆਮ ਪਬਲਿਕ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਵੀ ਇੱਕ ਡਰਿੰਕ ਐਂਡ ਡਰਾਈਵ ਕਰ, ਡਰਿੰਕ ਕਰਕੇ ਗੱਡੀਆਂ ਨਾ ਚਲਾਉਣ, ਨਾ 2-ਵੀਲਰ ਚਲਾਉਣ, ਨਾ 4-ਵੀਲਰ ਚਲਾਉਣ, ਠੀਕ ਹੈ ਜੀ। ਅਤੇ ਆਪਣਾ ਜਿਹੜੇ ਟ੍ਰਿਪ ਰਾਈਡਿੰਗ ਚਲਾਉਂਦੇ ਨੇ ਜਾਂ ਆਪਣਾ ਮੋਟਰਸਾਈਕਲ ਦੇ ਪਟਾਕੇ ਮਾਰਦੇ ਨੇ, ਉਹਨਾਂ ਨੂੰ ਅਪੀਲ ਆ ਵੀ ਇਹੋ ਜਿਹੀ ਆਪਣਾ ਹਰਕਤ ਨਾ ਕਰਨ, ਜੇ ਨਹੀਂ ਹਟਦੇ ਤਾਂ ਇਹਨਾਂ ਦੇ ਵੱਧ ਤੋਂ ਵੱਧ ਚਲਾਉਂਦੇ।